ਅਵਾਜੀ ਕਾਮ ਟੀਵੀ ਦੇਖ ਰਹੇ ਤੁਸੀਂ ਮੈਂ ਹਨੀਮਾਨ ਸਾਹਿਬ ਦਾ ਹਾਰਦਿਕ ਸਵਾਗਤ ਕਰਦਾ ਅੱਜ ਅਸੀਂ ਮਾਲਵਾ ਬੈਲਟ ਦੇ ਜਿਹੜੇ ਖੇਤਾਂ ਦਾ ਦੌਰਾ ਕੀਤਾ ਹੈ ਇਹ ਜਿਹੜੀ ਮਾਲਵਾ ਬੈਲਟ ਹੈ ਇੱਥੇ ਵੀ ਜਿਆਦਾਤਰ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ ਪਰ ਹੁਣ ਕੋਸ਼ਿਸ਼ ਕਿ ਜਿਹੜਾ ਦਹਾਕੇ ਤੋਂ ਕੀ ਹੋ ਰਿਹਾ ਕਿ ਨਰਮੇ ਦੀ ਫਸਲ ਕਾਮਯਾਬ ਨਹੀਂ ਹੋ ਰਹੀ ਹੁਣ ਜਿਆਦਾਤਰ ਇੱਧਰ ਵਿੱਚੋਂ ਨਾ ਲਾਉਣ ਲੱਗ ਪਏ ਚੁੱਕੇ ਨੇ ਕਿਸਾਨ ਕੀ ਹੋਇਆ ਜਦ ਕੋਈ ਕੁਝ এনवायरमेंट ਇਹੋ ਜਿਹਾ ਬਣ ਗਿਆ ਜਿਹੜਾ ਕਿ ਹੁਣ ਨਰਮੇ ਦੀ ਖੇਤੀ ਦੇ ਅਨੁਕੂਲ ਨਹੀਂ ਰਹਿੰਦਾ ਜਾਂ ਕੋਈ ਵਾਰਸ਼ਾ ਨਾਲ ਕਿਸੇ ਵੀ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਹੋ ਜਾਂਦੇ ਆ ਪਰ ਜਿਹੜਾ ਇਸ ਵਾਰ ਜਿਹੜਾ ਮਾਹੌਲ ਵਧੀਆ ਸੀਗਾ ਵਾਰਿਸ਼ ਵੀ ਜਿਹੜੀ ਨਰਮੇ ਦੇ ਅਨੁਕੂਲ ਸੀ ਪਰ ਹੁਣ ਇੱਕ ਨਵੀਂ ਬਿਮਾਰੀ ਜਿਹੜੀ ਗੁਲਾਬੀ ਸੁੰਡੀ ਜਿਹੜੀ ਆ ਗਈ ਹੈ ਇਹਦੇ ਕਰਕੇ ਇਹ ਜਿਹੜੇ ਇੱਕ ਨਰਮੇ ਦਾ ਜਿਵੇਂ ਫੁੱਲ ਹੁੰਦਾ ਹੈ ਇਹ ਨਰਮੇ ਦੇ ਫੁੱਲ ਦੇ ਵਿਚਕਾਰ ਇਹ ਜਿਹੜੀ ਗੁਲਾਬੀ ਸੁੰਡੀ ਪੈਂਦੀ ਹੈ ਜਦੋਂ ਕੋਈ ਆਪਾਂ ਕਹਿੰਦੇ ਕੋਈ ਕੀਟਨਾਸ਼ਕ ਦਵਾਈ ਆਸਰ ਵੀ ਕਿਵੇਂ ਕਰੇ ਕਿਉਂਕਿ ਜਿਹੜੀ ਗੁਲਾਬੀ ਸੁੰਡੀ ਇਹਦੇ ਬਿਲਕੁਲ ਵਿਚ ਪੈਂਦੀ ਹੈ ਇਹਦੇ ਵਿੱਚ ਹੁੰਦੀ ਹੈ ਤਾਂ ਕਰਕੇ ਇਹਦੇ ਤੇ ਸਟੇਜਾਂ ਦੇ ਵਿੱਚ ਆ ਆ ਦੇਖੋ ਕਿ ਦਿਖਾ ਰਹੇ ਨੇ ਕਿਸਾਨ ਵੀਰ ਇਹ ਜਿਹੜੀ ਸੁੰਡੀ ਉੱਪਰ ਫਿਰਦੀ ਹੈ ਇਹਦੇ ਇਹਦਾ ਹੁਣ ਕੋਈ ਹੱਲ ਨਹੀਂ ਕਿਉਂਕਿ ਜੇ ਤਾਂ ਇਹ ਬਾਹਰ ਹੋਵੇ ਤਾਂ ਕੀਟਨਾਸ਼ਕ ਦੀ ਦਵਾਈ ਦੇ ਨਾਲ ਮਰ ਜੇ ਪਰ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਬਹੁਤ ਸਾਰੇ ਬਹੁਤ ਸਾਰਾ ਏਰੀਆ ਜਿਹੜਾ ਗਲਾਬੀ ਸੁੰਡੀ ਦੀ ਚਪੇਟ ਦੇ ਵਿਚਾਰਿਆ ਸੋ ਇਸ ਜਿਹੜੀ ਇਹ ਆ ਰਹੀ ਸਮੱਸਿਆ ਬਾਰੇ ਆਪਾਂ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਸਮੱਸਿਆ ਆ ਰਹੀ ਹੈ ਕਦੋਂ ਤੋਂ ਤੁਹਾਡੇ ਧਿਆਨ ਚਾਹੀਏ ਧਿਆਨ ਸਾਡੇ ਸਵਾ 1.5 ਮਹੀਨਾ ਹੋ ਗਿਆ ਇੱਥੇ ਮੁੰਡਾ ਆਇਆ ਸੀਗਾ ਰਾਸੀ ਵਾਲਾ ਉਹਦੀ ਨਿਗ੍ਹਾ ਵੱਜ ਗਈ ਨਰਮਾ ਸੀ ਕੀਤਾ ਇਹ ਹੂੰ ਸਾਨੂੰ ਨਹੀਂ ਪਤਾ ਸੀਗਾ ਪਹਿਲਾਂ ਵੀ ਕਿਵੇਂ ਕਿੱਡ ਲੋਡ ਹੁੰਦੀ ਹੈ ਪੈਂਦੀ ਹੀ ਪਹਿਲਾਂ ਪੈਣੋਂ ਹਟ ਗਈ ਸੀਗੀ ਤੇ ਜਦੋਂ ਆਏ ਉਹਨੇ ਦੇਖਿਆ ਆ ਕੇ ਸਾਨੂੰ ਦੱਸਿਆ ਉਹਨੇ ਵੀ ਸੁੰਡੀ ਹੋਰੀ ਫੁੱਲ ਦਿਖਾਏ ਅਸੀਂ ਉਦੋਂ ਸਪਰੇਅ ਲਿਆਂਦੀ ਤੇ ਸਪਰੇਅ ਜਿੱ ਪਹਿਲੀ ਕੈਵਰਾ ਕਰਾਉਣ ਕਰੀ ਸੀਗੀ ਪਰ ਬਸ ਅੱਛਾ ਜੀ ਤੇ ਉਹਨੇ ਕੀੜਾ ਦਾ ਮਾਰੀ ਸੀ ਕੰਟਰੋਲ ਕਰਿਆ ਸੀਗਾ ਉਸ ਤੋਂ ਬਾਅਦ ਦੁਬਾਰੇ ਫੇਰ ਉਹ ਦੇਖੇ ਫੁੱਲ ਫੇਰ ਵੱਧ ਗਈ ਇਹ ਜਦੋਂ ਪਹਿਲਾਂ ਤੁਸੀਂ ਸਪਰੇਅ ਕੀਤੀ ਹੈ ਉਦੋਂ ਵੀ ਇਹ ਫੁੱਲ ਦੇ ਵਿੱਚ ਸੀਗੀ ਜਾਂ ਉੱਪਰ ਸੀ ਪਾ ਨਾ ਵਿੱਚ ਹੀ ਫੁੱਲ ਦੇ ਚਿੱਟਾ ਫੁੱਲ ਹੁੰਦਾ ਜੀ ਜੋ ਕੱਢਦਾ ਨਰਮਾ ਉਹਦੇ ਵਿੱਚ ਰਹਿੰਦੀ ਹੈਗੀ ਅੱਛਾ ਜੀ ਉਹ ਦਵਾਈ ਕੋਈ ਨਹੀਂ ਪੈਂਦੀ ਨੀ ਮੰਨ ਲਓ ਜਦੋਂ ਪਹਿਲਾਂ ਤੁਸੀਂ ਕਹਿੰਦੇ ਕੰਟਰੋਲ ਹੋਇਆ ਸੀ ਉਦੋਂ ਫਿਰ ਕਿਸ ਵਜ੍ਹਾ ਕਰਕੇ ਕੰਟਰੋਲ ਹੋ ਉਹ ਤਾਂ ਮੰਨ ਲਾਈ ਵੀ ਦਵਾਈ ਜਦੋਂ ਪਹਿਲੀ ਵਾਰ ਕੰਮ ਕਰ ਗਈ ਉਦੋਂ ਉਦੋਂ ਬਾਅਦ ਦੁਬਾਰੇ ਦਵਾਈ ਕੰਮ ਨਹੀਂ ਕਰਦੀ ਕਹਿੰਦੇ ਵੀ ਉਹਨਾਂ ਦੀ ਦੁਬਾਰੇ ਉਹੀ ਕਰਦੇ ਆਪਾਂ ਅਸੀਂ ਦੋ ਤਾਂ ਉਹਦੀਆਂ ਕਰਤੀਆਂ ਲਗਾਤਾਰ ਫਿਰ ਅਸੀਂ ਇਥੇ ਇਹਨਾਂ ਕਰੀ ਮੈਟ ਪਿਆ ਕਹਿੰਦੇ ਜੀ ਨੂੰ ਅੱਛਾ ਤੇ 800 ਗ੍ਰਾਮ ਪਾਈ ਕਰੀ ਸੀਗੀ ਕਿੱਲੇ ਦੀ ਇੱਕ ਰਮਗਰ ਤੇ ਉਹਦਾ ਵੀ ਕੋਈ ਐ ਵੀ ਕੰਟਰੋਲ ਤਾਂ ਹੈਗਾ ਸੀਗਾ ਵੀ ਹੁਣ ਦੁਬਾਰੇ ਫਿਰ ਜ਼ਿਆਦਾ ਹੋ ਗਈ ਉਦੋਂ ਬਾਅਦ ਅਸੀਂ ਦੁਬਾਰੇ ਫਿਰ ਕਰ ਉਹ ਕਰਤੀ ਤਿੰਨ ਹੋ ਗਈਆਂ ਜੀ ਹੁਣ ਚੌਥੀ ਇੱਕ ਕਿਲੇ ਟ੍ਰੈਨ ਦਾ ਇਹ ਕੱਲ ਅਸੀਂ ਆਪਣਾ ਆ ਸੀ ਪਰੋਕਲੇਮ ਦਾ ਅੱਛਾ ਉਹ ਵੀ ਹੁਣ ਸਾਹਮਣੇ ਖੜੇ ਆਪਾਂ ਇਹ ਸੁੰਢੀ ਨੂੰ ਲੈ ਕੇ ਤੁਰੇ ਫਿਰਦੀ ਹੈ ਜੀ ਇੱਕ ਕਿਲੇ ਲਾ ਕੇ ਦੇਖਿਆ ਸੀਗਾ ਕੰਟਰੋਲ ਨੂੰ ਵੀ ਕਰਿਆ ਹੁਣ ਤੱਕ ਰਿਜ਼ਲਟ ਦਿਖਾ ਦੇਣਾ ਚਾਹੀਦਾ ਸੀ ਹਾਂ ਜੀ ਰਿਜ਼ਲਟ ਹੁਣ ਜੇ ਆਉਂਦਾ ਫੇਰ ਹੀ ਨਾ ਕਿਉਂਕਿ ਸਾਨੂੰ ਦੱਸ ਕੇ ਜਾਂਦੇ ਨੇ ਮਤਲਬ ਵੀ ਆਹ ਸਫਰੇ ਉਹ ਸਮੇਂ ਆਪ ਤੋਂ ਪੁੱਛਦੇ ਹੱਥੋਂ ਇਹ ਕੋਈ ਇਹੋ ਜਿਹਾ ਕੋਈ ਖਾਸ ਬੀਜ ਤੇ ਤਾਂ ਨਹੀਂ ਹੈਗੇ ਕਿ ਜਿੰਨੇ ਵੀ ਬੀਜਾਂ ਨੇ ਕਿਸਮਾਂ ਸਾਰੀਆਂ ਕਿਸਮਾਂ ਤੇ ਇਹ ਸੁੰਢੀ ਬੈਰੀ ਇਹ ਅਸਲ ਵਿੱਚ ਜਿਹੜੇ ਆਪਣੇ ਨਾਈਆਂ ਚ ਨੇ ਇੱਕ ਤਾਂ ਇਹ ਛਟੀਆਂ ਛੁੜਗੀਆਂ ਹੁੰਦੀਆਂ ਕਿ ਛਟੀਆਂ ਵਿੱਚ ਵਿੱਚ ਪਾਉਣੇ ਆ ਉਹਦਾ ਕਾਰਨ ਵੀ ਹੋ ਸਕਦਾ ਪਿਛਲੀ ਵਾਰ ਨਾ ਇਹ ਜਮਾ ਲੇਟ ਪਈ ਸੀਗੀ ਉਹ ਨਰਮੇ ਮਾਲ ਵਿੱਚੋਂ ਕੋਨੇ ਸੀ ਐਂਡ ਆਗੇ ਸੀਗੇ ਉਹ ਵਿਧਾੜੀਆਂ ਨੇ ਮਸਾ ਚੋਕੇ ਨਰਮੇ ਰੋਗੇ ਚੋਕੇ ਬਜਾਰਿਆਂ ਨੇ ਕਰਨ ਵੀ ਕੀ ਵਿਧਾੜੀ ਨਹੀਂ ਪੈਂਦੀ ਸੀਗੀ ਪਹਿਲਾਂ ਟਿੰਡੇ ਤੋੜੇ ਤੇ ਫਿਰ ਕੱਢੇ ਸਾਨੂੰ ਵੀ ਦੁੱਖ ਨਹੀਂ ਵਿਧਾੜੀ ਪਈ ਨਹੀਂ ਉਹ ਆਪਾਂ ਮੰਨਦੇ ਆ ਪਰ ਜੇ ਆਪਾਂ ਦੇਖੀਏ ਆਪਣੇ ਤਾਂ ਚਲੋ ਮੰਨ ਲਓ ਇੱਥੇ ਛਟੀਆਂ ਕਰੀਬ ਹੋ ਸਕਦੀਆਂ ਨੇ ਪਰ ਆਸ-ਪਾਸ ਇਹਦਾ ਤੁਸੀਂ ਕਹਿ ਰਹੇ ਸਾਰੇ ਕੀਤੀ ਹੈ ਹਾਂ ਸਾਰੇ ਹੁਣ ਕੱਲ ਇੱਧਰ ਦੇਖ ਕੇ ਆਂਗੇ ਆਪਣੇ ਹੋਰ ਮੁੰਡੇ ਦੇ ਵੀ ਉਹਦੇ ਵੀ ਸਾਰੇ ਬਹਾਨਿਆਂ ਨੂੰ ਮੈਂ ਪਹਿਲਾ ਉਦੋਂ ਦੁਬਾਰਾ ਨੇ ਗੌਰ ਜੀ ਨਹੀਂ ਕਰੀ ਤੇ ਜੋ ਕੱਲ ਦੇਖਿਆ ਉਹਨਾਂ ਕੱਲ ਉਹਨੂੰ ਦੇਖਿਆ ਜਾ ਕੇ ਉਹਨਾਂ ਨੇ ਵੀ ਉਹ ਵੀ ਚਿੰਤਾ ਚ ਪੈ ਕੇ ਸਾਰੇ ਜ਼ਿੰਮੇਵਾਰੀ ਪੈ ਕੇ ਹੁੰਦਾ ਬਾਧੂ ਆਈਆਂ ਨੇ ਖਬਰਾਂ ਇਹ ਅੱਲਾਸ ਸਾਰਾ ਪੂਰੇ ਰਕਵੇ ਦੇ ਵਿੱਚ ਇਹ ਇਨੀ ਚਪੇੜ ਚ ਲੈ ਲਿਆ ਸਾਰਾ ਚਪੇੜ ਚ ਲੈ ਲਿਆ ਵਿੱਚ ਬੰਦਿਆਂ ਨੂੰ ਪਤਾ ਨਹੀਂ ਕਿ ਜੀ ਕਿਹੜੇ ਫੁੱਲ ਹੁੰਦੀ ਹੈ ਜਿਵੇਂ ਆ ਫੁੱਲ ਤੇ ਦੇਖੀ ਜਾਂਦਾ ਇਸ ਹੂੰ ਖੁੱਲੇ ਜ ਨਹੀਂ ਪਤਾ ਲੱਗਦਾ ਬੰਦ ਫੁੱਲ ਹੋਊਗਾ ਇਹ ਫੁੱਲ ਖੁੱਲਦਾ ਨਹੀਂ ਤੁਰ ਤੱਕ ਵਿੱਚ ਰਹਿੰਦੀ ਆ ਟੀਂਡਾ ਕਾਣਾ ਕਰੀ ਜਾਊ ਤੇ ਫੁੱਟ ਨਹੀਂ ਬਣਦਾ ਖਿੜਦਾ ਨਹੀਂ ਇਹ ਬੰਦ ਜਮਾ ਟੀਂਡਾ ਬਣ ਵੀ ਗਿਆ ਦੇਖਣ ਉੱਤੇ ਵਧੀਆ ਲੱਗੂ ਵੀ ਟੀਂਡਾ ਬਣ ਗਿਆ ਉਹ ਬਿਚੀ ਖਾਈ ਜਾਂਦੀ ਹੈ ਟਿੰਡਾ ਅਭੀ ਤਾਕਤ ਨਾਲ ਬਣੀ ਜਾਂਦਾ ਬੂਟੇ ਤੋਂ ਤੇ ਉਹ ਵਿਚੀ ਉਹ ਖਾਈ ਜਾਂਦੀ ਹੈ ਮੈਂ ਮਹਿਕਮੇ ਇੱਥੇ ਕਰਿਆ ਸੀਗਾ ਜੀ ਆਪਣਾ ਕੇਪੀ ਸੈਂਟਰ ਚ ਅਸੀਂ ਆਪਣੇ ਖੋਖਰ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਤੁਸੀਂ ਅਵਾਂਡ ਕਰ ਦਿਓ ਕਿ ਉਹਦੋਂ ਬਾਅਦ ਸਾਡੇ ਬੰਦੇ ਆਉਣਗੇ ਦੋ ਚਾਰ ਦਿਨਾਂ ਦੇਖਣਗੇ ਵੀ ਰਿਜ਼ਲਟ ਕਿਵੇਂ ਹੈਗਾ ਇਹ ਮਤਲਬ ਜਿਹੜੀ ਤੁਸੀਂ ਹੁਣ ਦੱਸ ਰਹੇ ਹੋ ਕੀਟਨਾਸ਼ਕ ਦੀ ਦਵਾਈ ਇਹ ਪਹਿਲਾਂ ਕੀਤੀ ਹੈ ਕਿ ਕੀਤੀ ਨਹੀਂ ਨਾ ਜੀ ਅਵਾਂਡ ਨਹੀਂ ਕਰੀ ਅਵਾਂਡ ਨਹੀਂ ਹਾਂ ਜਿਹੜੀ ਵੀ ਪੱਤੇ ਵਿੱਚ ਰਚੇ ਵੀ ਸਾਨੂੰ ਦੋ ਦਵਾਈ ਕੰਮ ਕਰੋ ਹੂੰ ਉਹ ਕਹਿ ਰਹੇ ਨੇ ਕਿ ਇਹ ਵਿੱਚ ਰਹਿ ਸਕਦੀ ਹੈ ਹਾਂ ਉਹ ਕਹਿੰਦੇ ਵੀ ਹਾਂ ਪਹਿਲਾਂ ਵੀ ਸੁੰਡੀ ਪੈਂਦੀ ਹੁੰਦੀ ਸੀ ਉਹਨੂੰ ਅਵਾਡ ਨੇ ਕੰਟਰੋਲ ਕਰੀ ਸੀ ਅਵਾਡ ਟ੍ਰੈਸਰ ਕਹੀ ਦੂਜੇ ਵੀਰ ਜੀ ਕਿਸਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਿਆ ਬਾਈ ਜੀ ਜਿਵੇਂ ਵੀਰ ਜੀ ਨੇ ਦੱਸਿਆ ਕਿ ਇਹਨਾਂ ਨੇ ਆਪਣੇ ਮੁਤਾਬਕ ਕੋਈ ਕਾਰਨ ਦੱਸਿਆ ਜਿਹੜੇ ਗੁਲਾਬੀ ਸੁੰਡੀ ਪੈਂਦੇ ਤੁਹਾਡੇ ਮੁਤਾਬਕ ਕੀ ਹੋ ਸਕਦਾ ਵੀ ਇਹ ਕਾਰਨ ਕੀ ਹੋ ਸਕਦਾ ਦਾ ਕਾਰਨ ਤਾਂ ਸਾਰੇ ਇਹ ਪਿਛਲੇ ਸਾਲ ਵੀ ਆਈ ਸੀਗੀ ਪਿਛਲੇ ਸਾਲ ਥੋੜਾ ਲੇਟ ਸੀਗੀ ਜ਼ਿਮੇਦਾਰਾਂ ਦੇ ਧਿਆਨ ਚ ਨਹੀਂ ਆਈ ਇਹ ਗੱਲ ਆ ਕਿਉਂਕਿ ਮਗਰੋਂ ਜਦੋਂ ਟਿੰਡੇ ਤੋੜੇ ਉਹ ਤੋਂ ਖੜੇ ਕਈ ਜ਼ਿਮੇਦਾਰਾਂ ਦੇ ਧਿਆਨ ਚ ਇਹ ਹੋ ਗਿਆ ਵੀ ਟਿੰਡੇ ਕੱਚੇ ਐ ਵੀ ਛੋਟਾ ਫੋਟ ਬਣੇਗਾ ਇਸ ਬਾਰੇ ਗੇਤੀ ਆ ਗਈ ਦੂਸਰੀ ਗੱਲ ਸਾਨੂੰ ਇਹ ਲੱਗਦਾ ਵੀ ਜਿਹੜਾ ਅੱਗੇ ਸਾਨੂੰ ਨੌਨ ਬਈ ਬੀਟੀ ਦੀਆਂ ਥੈਲੀਆਂ ਅਲੱਗ ਮਿਲਤੀਆਂ ਸੀਗੀਆਂ ਪਾਸੇ-ਪਾਸੇ ਬੀਜੇ ਨੂੰ ਉਹ ਇਤਕੀ ਇਹ ਨਹੀਂ ਪਤਾ ਵੀ ਸਰਕਾਰ ਨੇ ਜਾਂ ਪ੍ਰਾਈਵੇਟ ਮਹਿਕਮੇ ਨੇ ਸਾਨੂੰ ਵਿੱਚਰ ਲਾ ਕੇ ਦਿੱਤਾ अच्छा थाने ता पूरी पूरी ਉਸਤੇ ਲੱਗਦਾ ਵੀ ਉਹਦਾ ਕਾਰਨ ਬਣਿਆ ਵੀ 10 ਬੂਟਾ ਮਾਰ ਰੇ ਇੱਕ ਬੂਟਾ 20 ਬੂਟਾ ਮਾਰ ਰੋ ਉਹਦਾ ਇੱਕ ਬੂਟਾ ਹੈਗਾ ਨਾ ਨਹੀਂ ਆਪਾਂ ਅਲੱਗ ਕਿਉਂ ਲੈਨੇ ਉਹਦਾ ਕੀ ਕਾਰ ਹੁੰਦਾ ਜੀ ਉਹਦਾ ਇਹੀ ਕਾਰਨ ਸੀਗਾ ਜੇ ਕੋਈ ਮਾਲਾ ਸੁੰਡੀ ਪੈਂਦੀ ਸੁੰਡੀ ਆਉਂਦੀ ਹੁੰਦੀ ਜਾਂ ਮਾਲਾ ਮੱਛਰ ਵਗੈਰਾ ਆਉਂਦਾ ਹੁੰਦਾ ਪਹਿਲਾਂ ਉਹ ਤੇ ਟੈਗ ਕਰਦਾ ਟੈਗ ਕਰਦੇ ਕਰਦੇ ਜ਼ਿੰਮੇਦਾਰ ਨੂੰ ਪਤਾ ਲੱਗ ਜਾਂਦਾ ਜ਼ਿੰਮੇਦਾਰ ਉਹਨੇ ਚਰਚ ਮਾਲਾ ਹਫਤੇ ਦੱਸ ਦੇਣਾ ਤੇ ਉਹਨੂੰ ਕੰਟਰੋਲ ਕਰ ਲੈਂਦਾ ਉਹ ਮਤਲਬ ਖਰੀਦਣ ਜੇ ਸਸਤਾ ਪੈਂਦਾ ਸੀ ਤਾਂ ਕਰਕੇ ਇਹ ਹਸਤਾਨੀ ਪੈਂਦਾ ਸੀਗਾ ਜੀ ਉਹ ਕੰਪਨੀ ਦਿੰਦੀ ਸੀਗੀ ਜੀ ਵੀ ਕੋਈ ਬਿਮਾਰੀ ਆਵੇ ਤੇ ਇਹ ਰੋਕ ਜੀ ਜ਼ਿੰਮੇਦਾਰ ਕੰਟਰੋਲ ਕਰ ਲਊਗਾ ਮਤਲਬ ਟ੍ਰਾਇਲ ਦੇ ਲਈ ਸੀ ਉਹ ਹਾਂ ਟ੍ਰਾਇਲ ਦੇ ਲਈ ਸੀਗਾ ਹੂੰ ਮਤਲਬ ਤੁਹਾਨੂੰ ਲੱਗਦਾ ਵੀ ਉਹ ਨਾਨ ਇਹ ਮਿਕਸ ਹੋਣ ਕਰਕੇ ਹਾਂ ਮਿਕਸ ਹੋਣ ਕਰਕੇ ਲੱਗਦਾ ਈ ਸਾਨੂੰ ਤਾਂ ਲੋਕ ਵਿਚਰੋਂ ਹਟ ਗਏ ਹੂੰ ਦੂਸਰੀ ਗੱਲ ਜੀ ਕਿਸਾਨਾਂ ਨੂੰ ਆਪਾਂ ਇਹ ਰਾਇ ਦਿੰਨੇ ਆ ਵੀ ਹਜੇ ਤੱਕ ਇਸ ਦਵਾਈ ਦਾ ਇਸ ਸੁੰਡੀ ਦਾ ਕੋਈ ਕੰਟਰੋਲ ਨਹੀਂ ਹੋ ਰਿਹਾ ਵੀ ਜਿਹੜੇ ਦਵਾਈਆਂ ਵਾਲੇ ਡਿਸਟ੍ਰੀਬਿਊਟਰ ਐ ਉਹ ਜ਼ਿੰਮੇਦਾਰ ਨੂੰ ਗੁੰਮਰਾਹ ਕਰੀ ਜਾਂਦੇ ਐ ਅੱਛਾ ਕੋਈ ਕੋਸ਼ੇ ਕੈਮੀਕਲ ਕਹਿ ਰਿਹਾ ਕੋਈ ਕੁਝ ਕੈਮੀਕਲ ਕਹਿ ਰਿਹਾ ਇਹ ਇੱਕ ਦੇ ਸੁਣਨ ਦੇ ਵਿੱਚ ਇਹ ਵੀ ਆਇਆ ਸੀ ਕਿ ਜਿਹੜੀ ਇਹ ਅਫਵਾਹ ਫਲਾਈ ਜਾ ਰਹੀ ਹੈ ਕੀਟਨਾਸ਼ਕ ਦਵਾਈਆਂ ਦੀ ਕੰਪਨੀਆਂ ਦੇ ਵੱਲੋਂ ਤਾਂ ਕਿ ਉਹਨਾਂ ਦੀ ਦਵਾਈਆਂ ਦੀ ਵਿਕਰੀ ਹੋ ਸਕੇ ਪਰ ਹੁਣ ਜਿਹੜੇ ਹਿਸਾਬ ਦੇ ਹਾਲਾਤ ਅਸੀਂ ਆਪ ਦੀ ਅੱਖੀਂ ਦੇਖ ਲਏ ਤਾਂ ਇਹ ਅਫਵਾਹ ਤਾਂ ਲੱਗਦੀ ਨਹੀਂ ਇਹ ਤਾਂ ਕੋਈ ਬਿਲਕੁਲ ਸੱਚੀ ਏ ਸੁੰਢੀ ਪੈ ਰਹੀ ਹੈ ਸੁੰਢੀ ਸੱਚ ਹੈ ਜੀ ਸੁੰਢੀ ਹੈਗੀ ਹੈ ਇਹ ਕੋਈ ਝੂਠ ਨਹੀਂ ਹੈਗਾ ਵੀ ਨਹੀਂ ਸੁੰਢੀ ਹੈਗੀ ਪਰ ਅੱਜ ਤੱਕ ਇਸ ਦਾ ਰਿਜ਼ਲਟ ਦਵਾਈ ਕੋਈ ਨਹੀਂ ਦੇ ਰਹੀ ਕੰਪਨੀ ਵਾਲੇ ਆ ਕੇ ਕੋਈ ਟ੍ਰੈਸਰ ਕੋਈ ਅਵਾਂਟ ਕੋਈ ਟਕੂਮੀ ਕੋਈ ਮਾਲੀਜ਼ ਇਹਦੀ ਟਾਟਾ ਦੀ ਸੇਮਟ ਕਰਾ ਰਿਹਾ ਹੈਗਾ ਪਰ ਮੈਂ ਤਾਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਹੈ ਵੀ ਜੋ ਵੀ ਕਿਸਾਨ ਵੀਰ ਦਵਾਈ ਛਿੜਕੀ ਜਾਂਦੇ ਹੈ ਜੋ ਵੀ ਕਿਸੇ ਵੀ ਦਵਾਈ ਦਾ ਰਿਜ਼ਲਟ ਆਉਂਦਾ ਹੈਗਾ ਆਪਦਾ ਫੋਨ ਨੰਬਰ ਆ ਆਪਦਾ ਏਰੀਆ ਦੱਸ ਕੇ ਜ਼ਿਮੀਦਾਰਾਂ ਨੂੰ ਉਥੇ ਕੇ ਸੱਦ ਕੇ ਰਿਜ਼ਲਟ ਦਿਖਾਉਣਾ ਪਰ ਪਿੰਡਾਂ ਚ ਡਿਸਟ੍ਰੀਬਿਊਟਰ ਤੇ ਕੰਪਨੀ ਦਾ ਡਿਸਟ੍ਰੀਬਿਊਟਰ ਛੱਡੇ ਹੋਇਆ ਹੈ ਉਹ ਆਪ ਦੀ ਦਵਾਈ ਛਿੜਕ ਕੇ ਆਪ ਦੀ ਬੰਦੇ ਛੱਡ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਹੈ ਵੀ ਇਹਨਾਂ ਧੋਖੇਬਾਜ਼ਾਂ ਤੋਂ ਬਚੋ ਆਪਾਂ ਦਾ ਕਹਿੰਦੇ ਆ ਮਤਲਬ ਉਹ ਇਹ ਕਹਿ ਰਹੇ ਨੇ ਕਿ ਉਹਦੇ ਨਾਲ ਸੁੰਡੀ ਮਾਰ ਰਹੀ ਹੈ ਹਾਂਜੀ ਹਾਂਜੀ ਅੱਜ ਵੀ ਮੈਂ ਵੀਡੀਓ ਦੇਖੀ ਸੀ ਜੀ ਮੈਲ ਤੇ ਇੱਕ ਸਮਿਟ ਜ਼ਿੰਮੇਵਾਰ ਲਈ ਖੜਾ ਸੀ ਮੇਰੇ ਇਸ ਨਾਲ ਕੰਟਰੋਲ ਹੋਇਆ ਮੈਂ ਉਹ ਬਾਈ ਨਾਲ ਕਨੈਕਟ ਵੀ ਕਰਿਆ ਮੈਂ ਭਾਈ ਜੀ ਕਿਹੜਾ ਪਿੰਡ ਆ ਉਹਨੇ ਆਪਣਾ ਰਾਮੇ ਕਣੀ ਸਕਲੱਦੀ ਪਿੰਡ ਦੱਸਿਆ ਮੈਂ ਵੀ ਤੇਰੇ ਪਿੰਡ ਆ ਜੀ ਅਸੀਂ ਸੁੰਡੀ ਦੇਖ ਲਗੇ ਉਹਨੇ ਮੂਰੋ ਫੋਨ ਕੱਟਤਾ अच्छा ਵੀ ਆਪਦਾ ਜ਼ਿੰਮੇਦਾਰ ਨੂੰ ਇਹੀ ਕਹਿੰਨਾ ਵੀ ਜੇ ਕਿਸੇ ਦੇ ਵੀ ਕੋਈ ਵੀ ਦਵਾਈ ਕੰਟਰੋਲ ਕਰਦੀ ਹੈ ਆਪਦਾ ਕਨੈਕਟ ਨੰਬਰ ਆਪਦਾ ਏਰੀਆ ਦੱਸ ਕੇ ਅਸੀਂ ਜ਼ਿੰਮੇਦਾਰ ਭਰਾ ਇਥੋਂ ਇਕੱਠੇ ਸਾਧਨ ਕਰਾ ਕੇ ਦੇਖਾਂਗੇ ਸਾਡਾ ਬਚਾਅ ਹੋ ਜਾਊਗਾ ਜਿਵੇਂ ਕਿ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਜਿਵੇਂ ਜਿਹੜੀ ਨਰਮੇ ਦੀ ਹਾਲਾਤ ਸੀਗੇ ਇਹ ਲੱਗਦਾ ਸੀ ਕਿ 40 ਮਾਰ ਦੇ ਕਰੀਬ ਹੋ ਜਾਊਗਾ ਹਾਂਜੀ ਸੀਗੇ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਇਹਦਾ ਝਾੜ ਕਿੱਥੇ ਤੱਕ ਰਹੇ ਜੂਗਾ ਝਾੜ ਤਾਂ ਇਹਦਾ ਝਾੜ ਦੇਖੀ ਜਾਊਗਾ ਤਾਂ ਇਹਦਾ ਚੁਕਾਈ ਨਹੀਂ ਕਰਨੀ ਕਿਸੇ ਨੇ ਆਂ ਤਾਂ ਚੁਕਾਈ ਦੀ ਬੜਾ ਡਰ ਲੱਗੀ ਜਾਂਦਾ ਹੈਗਾ ਆ ਤੁਹਾਨੂੰ ਦਿਸੀ ਜਾਂਦਾ ਹੈਗਾ ਫੁਰਤੀ ਹੈ ਨਹੀਂ ਹਾਂ ਲੇਬਰ ਦੀ ਸਮੱਸਿਆ ਸਾਨੂੰ ਆਉਗੀ ਦੂਸਰਾ ਇਹਦਾ ਮੰਡੀ ਚ ਕੁਆਲਿਟੀ ਨਹੀਂ ਬੰਨੀ ਹੂੰ ਪਹਿਲਾਂ ਸੀਗੀ ਬਸ ਸਥਿਤੀ ਵੀ ਵਧੀਆ ਵੀ ਹੈਗੀ ਪੈਂਦੀ ਚਾਲੀ ਮਣੇ ਵਾਲੇ ਹੂੰ ਇਹ ਲੇ ਖੇਤੀ ਲੰਮੀ ਹੋਣ ਕਰਕੇ ਇਹਦਾ ਇਹ ਨਹੀਂ ਪਤਾ ਲੱਗਦਾ ਵੀ ਕਿਹਦਾ ਉੱਤੇ ਰੱਬ ਅੱਜ ਵੀ ਦੇਖ ਲੋ ਕਿਹੜੇ ਲੋੜ ਚੜਿਆ ਹੁੰਦਾਗਾ ਅੱਜ ਤੋਂ 2 ਮਹੀਨੇ ਦੀ ਗੱਲ ਲੱਗ ਰਹੀ ਇਥੋਂ ਦੇ ਕੋਰਸ਼ਮੀਰ ਦੇ ਬੰਦੇ ਨੇ ਨਾ 2 ਕਨਾਲਾਂ ਨਰਮਾ ਪੱਟੇਗਾ ਆਪ ਦਾ ਪਰਿਵਾਰ ਲਾ ਕੇ ਹਾਂਜੀ ਲਈ ਅਸੀਂ ਉਸ ਦੀ ਮਾਲਾ ਗੱਲ ਅਣਗੌਲੀ ਕਰੀ ਬੀਏ ਜ਼ਿੰਮੇਦਾਰ ਉਹੀ ਨਰਮਾ ਪੱਟੀ ਜਾਂਦਾ ਹੈ ਮਨ ਲਓ ਗੁਲਾਬੀ ਸੁੰਡੀ ਪੈ ਗਈ ਸੀ ਅੰਗਲਾਬੀ ਸੁੰਡੀ ਪੈ ਗਈ ਸੀ ਜੀ ਬੈਰਲ ਵੀ ਹੋਈ ਸੀਗੀ ਬੀੜ ਕੋ ਪਰ ਸਾਡੇ ਜ਼ਿੰਮੇਦਾਰਾਂ ਨੇ ਧਿਆਨ ਨਹੀਂ ਦਿੱਤਾ ਜ਼ਿੰਮੇਦਾਰਾਂ ਨੇ ਗੱਲ ਉਹਨੂੰ ਹਣ ਗੋਲੀ ਕਰ ਲਿਆ ਵੀ ਇਹ ਤਾਂ ਉਹੀ ਜ਼ਿੰਮੇਦਾਰ ਪੱਟਕੇ ਚੋਂ ਨਾ ਲਾਉਣਾ ਇਹ ਛਾਉ ਕਹਦਾ ਉਸਨੇ ਉਹ ਤੋਂ ਪਤਾ ਕਹਤਾ ਸੀਗਾ ਵੀ ਗੁਲਾਬੀ ਸੁੰਡੀ ਦਾ ਅਟੈਕ ਹੋ ਗਿਆ ਵੀ ਆਪ ਦੇ ਖੇਤਾਂ ਨਰੀਖਣ ਕਰ ਲੋ ਪਰ ਨਰੀਖਣ ਜ਼ਿੰਮੇਦਾਰ ਕਰਨ ਕਿ ਜਦੋਂ ਇਹਦਾ ਕੋਈ ਇਲਾਜ ਹੀ ਨਹੀਂਗਾ ਅੱਜ ਮੈਕਮਾ ਵੀ ਆਇਆ ਸੀਗਾ ਮੈਕਮ ਨੇ ਵੀ ਇਹੀ ਗੱਲ ਕਹੀ ਹੈ ਵੀ ਸਾਡੇ ਤੇ ਉਸ ਚ ਧਿਆਨ ਚ ਨਹੀਂ ਮਸਲਾ ਵੀ ਦਵਾਈਆਂ ਕਰਾਈ ਜਾਂਦੇ ਨੇ ਦਵਾਈ ਹੂੰ ਤੇデア ਗਿਆ ਹੁਣ ਪਹਿਲਾਂ ਤੋੜੇ ਟੀਂਡੇ ਫਿਰ ਕੱਢੇ ਉਹਨਾਂ ਨੇ ਦੋ ਗੁਣੀ ਸਾਡੇ ਜੀਵਨਦਾਰ ਨੂੰ ਪੈ ਗਈ ਜੇ ਪਹਿਲਾਂ ਪਤਾ ਹੁੰਦਾ ਕਿ ਇਹਦਾ ਕਟੋਰਾ ਹੋ ਜਾਂਦਾ ਪਹਿਲਾਂ ਮਾੜਾ ਮਾੜਾ ਹੋ ਹੀ ਜਾਂਦਾ ਟਰੈਪ ਵੀ ਲਾਏ ਸੀਗੇ ਉਹ ਟਰੈਕ ਜੇ ਉਹਨਾਂ ਦਾ ਵੀ ਘੋਕਰ ਦਾ ਬਹੁਤ ਫਸਿਆ ਅਗਲ ਕਰ ਉਹ ਗੱਲ ਨਹੀਂ ਬਣੀ ਜਿਵੇਂ ਉਹ ਫਸੇ ਸੀਗੇ ਸਪਰੇਅ ਕਰਤੀ ਇਹਨੂੰ ਕੰਟਰੋਲ ਤਾਂ ਹੋਣਾ ਤਾਂ ਹੀ ਦਾ ਜਮੀਨ ਹੀ ਕੰਟਰੋਲ ਹੋਵੇ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚ ਕੀ ਦੀ ਕਮੀ ਹੋ ਸਕਦੀ ਹੈ ਖੇਤੀਬਾੜੀ ਵਿਭਾਗ ਦੇ ਮਹਿਕਮੇ ਦੀ ਕਮੀ ਹੈ ਜਾਂ ਕੋਈ ਸਰਕਾਰਾਂ ਦੀ ਕਮੀ ਜਿਹੜੀ ਸਾਨੂੰ ਕੋਈ ਵਧੀਆ ਬੀਜ ਨਹੀਂ ਮਹੱਈਆ ਕਰਵਾ ਸਕੇ ਜਾਂ ਕੀ ਲੱਗਦਾ ਤੁਹਾਨੂੰ ਪਹਿਲੀ ਗੱਲ ਤਾਂ ਇਹ ਸਰ ਦੂਜੀ ਗੱਲ ਮਹਿਕਮੇ ਦੀ ਕਮੀ ਹੈ 4-5 ਮਹੀਨੇ ਹੋ ਗਏ ਫਸਲ ਬੀਜੀ ਨੂੰ ਸਾਡੇ ਪਿੰਡ ਚ ਅੱਜ ਪਹਿਲੀ ਵਾਰ ਮਹਿਕਮਾ ਆਏਗਾ ਉਹ ਵੀ ਕੱਲ ਫੋਨ ਕਰੇ ਤੋਂ ਅੱਛਾ ਸਾਡੇ ਕੋਈ ਮੀਟਿੰਗ ਨਹੀਂ ਮਹਿਕਮੇ ਨੇ ਰੱਖੀ ਕਿਸੇ ਹੋਰ ਜਗ੍ਹਾ ਵੀ ਕੋਈ ਮੀਟਿੰਗ ਨਹੀਂ ਹੋਈ ਮਤਲਬ ਮੈਕਮਾ ਕਿਸੇ ਹੋਰ ਜਗ੍ਹਾ ਆਇਆ ਹੋਵੇ ਜਾਂ ਉਹਨਾਂ ਨੇ ਕੋਈ ਆਪਾਂ ਨੂੰ ਕੋਈ ਇਸ ਸੰਬੰਧੀ ਕੋਈ ਜਾਣਕਾਰੀ ਦੇਣ ਦੀ ਕੋਈ ਕੋਸ਼ਿਸ਼ ਕੀਤੀ ਹੈ ਮੈਕਮਾ ਪਿੰਡ ਚ ਜੀ ਕਿਸੇ ਵੀ ਪਿੰਡ ਕਿਤੇ ਵੀ ਹੋਵੇ ਨਹੀਂ ਉਹਦਾ ਨਹੀਂ ਸਾਨੂੰ ਕੋਈ ਪਤਾ ਜੀ ਅਸੀਂ ਤਾਂ ਆਪਦੇ ਪਿੰਡ ਦੀ ਗੱਲ ਕਰਦੇ ਆਂ ਵੀ ਕਿਹੜਾ ਮਹਿਕਮਾ ਜਰੂਰ ਆਇਆ ਸੀਗਾ ਜਦੋਂ ਸਾਡੇ ਸਵਾਜ ਹੀ ਡਿੱਗਿਆ ਥਰਮਲ ਚ ਉਧਰ ਤੇ ਉ ਸਾਡੇ ਪਿੰਡ ਚ ਅੱਜ ਤੱਕ ਅਸੀਂ ਉਹਨਾਂ ਸਵਾਲ ਵੀ ਕਰੇ ਸੀਗੇ ਵੀ ਇੱਚ 5 ਮਹੀਨਿਆਂ ਕੇ ਨਰਮਾ ਵਿਜਨ ਤੁਸੀਂ ਸਾਡੇ ਕੈਂਪ ਰੱਖਿਆ ਕਹਿੰਦੇ ਕੈਂਪ ਰੱਖਿਆ ਸੀਗਾ ਮਾਹੀਓ ਖੇਤ ਰੱਖਿਆ ਸੀਗਾ ਤੁਸੀਂ ਬਕਾਇਦਾ ਪਿੰਡ ਚ ਲਾਉਸਮੈਂਟ ਕਰਾਉਂਦੇ ਇੱਥੇ ਹੋ ਰੱਖਦੇ ਇੱਥੇ ਤਾਂ ਉਹਨੂੰ ਕੀ ਆਸ਼ਵਾਸ਼ਣ ਦੇ ਕੇ ਗਏ ਨੇ ਉਹਦਾ ਕੀ ਹਾਲ ਕਰਨਗੇ ਜਾਂ ਉਹਦਾ ਜੀ ਕੋਈ ਵਿਸ਼ਵਾਸ ਨਹੀਂ ਦੇ ਕੇ ਗਏ ਉਹਦਾ ਕਹਿੰਦੇ ਵੀ ਅਸੀਂ ਵੀ ਜ਼ਿੰਮੇਵਾਰਾਂ ਤੋਂ ਪੁੱਛ ਰਹੇ ਹਾਂ ਅੱਛਾ ਹਾਂ ਪਹਿਲਾਂ ਉਹਨਾਂ ਨੇ ਇਥੀਅਨ ਕਿਹਾ ਸੀਗਾ ਵੀ ਇਥੀਅਨ ਕੰਮ ਕਰਦੀ ਹੈ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਜ਼ਿੰਮੇਵਾਰ ਨੇ ਇਥੀਅਨ ਦਵਾਈ ਵੀ ਕਰੀ ਹੈ ਕਯੋਰਾ ਕਰਾਉਂਡ ਵੀ ਕਰੀ ਹੈ ਪ੍ਰੋਕਲੈਮ ਵੀ ਕਰੀ ਹੈ ਇਹਦੇ ਕੋਈ ਰਿਜ਼ਲਟ ਨਹੀਂ 90% 100% ਤੋਂ ਵਿੱਚ ਘਰਸੁੰਡੀ ਫਿਰਦੀ ਹੈ ਸੋ ਆਪਾਂ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਜਿਹੜੀ ਕਿ ਸਮੱਸਿਆ ਕਾਫੀ ਗੰਭੀਰ ਹੈ ਫਿਲਹਾਲ ਅਜੇ ਤੱਕ ਕੋਈ ਵੀ ਕੰਪਨੀ ਕੋਈ ਅਜਿਹੀ ਦਵਾਈ ਜਿਹੜੀ ਕਿਸੇ ਦੀ ਵੀ ਕੰਪਨੀ ਦੀ ਕੰਮ ਨਹੀਂ ਕਰ ਰਹੀ ਜਿਹੜੀ ਇਹਨੂੰ ਖਤਮ ਕਰ ਸਕੇ ਜਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਕੋਈ ਚੰਗਾ ਸੁਝਾਅ ਨਹੀਂ ਦਿੱਤਾ ਗਿਆ ਤਾਂ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਵਿਭਾਗ ਨੂੰ ਕਿ ਕਿਸਾਨਾਂ ਦਾ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਹਰ ਵਾਰ ਹੁੰਦਾ ਹੈ ਕਿ ਨਰਮੇ ਦੀ ਫਸਲ ਤਬਾਹ ਹੋ ਜਾਂਦੀ ਹੈ ਇਹ ਮਾਲਵਾ ਬੈਟ ਦੇ ਵਿੱਚ ਬਣ ਜਿਹੇ ਨੇ ਜਿੱਥੇ ਕਿ ਝੋਨੇ ਦੀ ਖੇਤੀ ਨਹੀਂ ਹੋ ਸਕਦੀ ਤਾਂ ਉਸ ਕਰਕੇ ਨਰਮੇ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਸਰਕਾਰਾਂ ਨੂੰ ਵੀ ਇਹ ਜਿਹੜਾ ਇਸ ਵੱਲ ਧਿਆਨ ਦਿਵਾਉਣਾ ਚਾਹਾਂਗੇ ਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜੇ ਕਿ ਕਿਸਾਨ ਨੂੰ ਕਿ ਵਧੀਆ ਬੀਜ ਵਧੀਆ ਕੀਟਨਾਸ਼ਕ ਦਵਾਈਆਂ ਮਹਈਆ ਕਰਵਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਧੰਨਵਾਦ